ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਆਸਟ੍ਰੇਲੀਆ ਨੇ ਭਾਰਤੀਆਂ ਦੇ ਲਈ ਹੁਣ ਵੀਜ਼ੇ ਵਧਾ ਦਿੱਤੇ ਨੇ। ਵਰਕ ਅਤੇ ਹੋਲੀਡੇ ਵੀਜ਼ਿਆਂ ਦੇ ਵਿੱਚ ਵਾਧਾ ਕੀਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਸਾਲਾਨਾ 1000 ਤੱਕ ਵੀਜ਼ੇ ਆ ਜਿਹੜੇ ਉਹ ਵਧਾਏ ਗਏ ਨੇ, ਜਿਸ ਦੇ ਵਿੱਚ 18 ਤੋਂ 30 ਸਾਲ ਦੇ ਭਾਰਤੀਆਂ ਨੂੰ ਹੁਣ 12 ਮਹੀਨੇ ਤੱਕ ਰਹਿਣ ਦੀ ਮਨਜ਼ੂਰੀ ਮਿਲ ਗਈ ਹੈ। ਤਾਂ ਪੜ੍ਹਾਈ ਦੇ ਨਾਲ ਨਾਲ ਹੁਣ ਕੰਮ ਕਰਨ ਅਤੇ ਘੁੰਮਣ ਫਿਰਨ ਦੀ ਵੀ ਮਨਜ਼ੂਰੀ ਮਿਲ ਗਈ ਹੈ। ਤਾਂ ਆਸਟ੍ਰੇਲੀਆ ਦੇ ਵਿੱਚ ਇਹ ਚੰਗੀ ਖਬਰ ਸਾਹਮਣੇ ਆਈ ਹੈ। ਤਾਂ ਜਿੱਥੇ ਕੈਨੇਡਾ ਦੇ ਵਿੱਚ ਲਗਾਤਾਰ ਭਾਰਤੀ ਵਿਦਿਆਰਥੀਆਂ 'ਤੇ ਬੰਦਿਸ਼ਾਂ ਕਸੀਆਂ ਜਾ ਰਹੀਆਂ ਨੇ, ਤਾਂ ਹੁਣ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਦੇ ਲਈ ਇਹ ਚੰਗੀ ਖਬਰ ਸਾਹਮਣੇ ਆਈ ਹੈ। ਤਾਂ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਹੁਣ ਭਾਰਤੀਆਂ ਦੇ ਲਈ ਜਿਹੜੇ ਉਹ ਵੀਜ਼ੇ ਵਧਾ ਦਿੱਤੇ ਗਏ ਨੇ, ਜਿਸ ਦੇ ਵਿੱਚ ਵਰਕ ਅਤੇ ਹੋਲੀਡੇ ਵੀਜ਼ੇ ਨੇ। ਤਾਂ ਜਿਹੜੇ ਵੀ ਵਿਦਿਆਰਥੀ ਉੱਥੇ ਕੰਮ ਕਰਦੇ ਨੇ ਜਾਂ ਫਿਰ ਘੁੰਮਣ ਫਿਰਨ ਜਾਂਦੇ ਨੇ, ਉਹਨਾਂ ਦੇ ਵੀਜ਼ਿਆਂ ਦੇ ਵਿੱਚ ਹੁਣ ਵਾਧਾ ਕੀਤਾ ਗਿਆ। ਤਾਂ 1000 ਤੱਕ ਦੇ ਵੀਜ਼ੇ ਆ ਜਿਹੜੇ ਉਹ ਵਧਾਏ ਗਏ ਨੇ, ਅਤੇ 18 ਤੋਂ 30 ਸਾਲ ਦੇ ਜਿਹੜੇ ਭਾਰਤੀ ਨੇ 12 ਮਹੀਨੇ ਤੱਕ ਹੁਣ ਉਹਨਾਂ ਨੂੰ ਉੱਥੇ ਰਹਿਣ ਦੀ ਮਨਜ਼ੂਰੀ ਹੈ। ਤਾਂ ਪੜ੍ਹਾਈ ਦੇ ਨਾਲ ਨਾਲ ਕੰਮ ਕਰਨ ਅਤੇ ਘੁੰਮਣ ਫਿਰਨ ਦੀ ਵੀ ਹੁਣ ਉਹਨਾਂ ਨੂੰ ਮਨਜ਼ੂਰੀ ਮਿਲ ਗਈ ਹੈ।